ਸ਼ਹਿਰ ਦੇ ਸਭ ਤੋਂ ਸੁਰੱਖਿਅਤ ਸਮਝੇ ਜਾਂਦੇ ਮੁਹੱਲਾ ਪੱਕਾ ਬਾਗ 'ਚ ਤਿੰਨ ਲੁਟੇਰੇ ਬੀਤੀ ਰਾਤ ਸ਼ਰੇਆਮ ਇੱਕ ਫਾਈਨੈਂਸਰ ਤੋਂ ਐਕਟਿਵਾ ਖੋਹ ਕੇ ਫਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਏ ਬਲਦੇਵ ਸਿੰਘ ਵਾਸੀ ਪੱਕਾ ਬਾਗ ਨੇ ਦੱਸਿਆ ਕਿ ਉਹ ਬੇਕਰੀ ਦਾ ਕਾਰੋਬਾਰ ਕਰਦਾ ਹੈ ਤੇ ਨਾਲ ਨਾਲ ਲੋਕਾਂ ਨੂੰ ਵਿਆਜ ਤੇ ਪੈਸੇ ਦਿੰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਐਕਟਿਵਾ ਤੇ ਉਗਰਾਹੀ ਕਰਕੇ ਘਰ ਦੇ ਨੇੜੇ ਪਹੁੰਚਿਆ ਤਾਂ ਘਰ ਦੇ ਨੇੜੇ ਹੀ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਪਿਸਤੌਲ ਦੀ ਨੋਕ ਤੇ ਉਸ ਤੋਂ ਐਕਟਿਵਾ ਖੋਹ ਕੇ ਫਰਾਰ ਹੋ ਗਏ। ਬਲਦੇਵ ਸਿੰਘ ਨਾਂ ਜੀ। ਗੱਲ ਸਰ, ਮੈਂ ਕਲੈਕਸ਼ਨ 'ਤੇ ਜਾਂਦਾ ਸ਼ਾਮ ਨੂੰ ਡੇਲੀ ਬੇਸ 'ਤੇ ਕਲੈਕਸ਼ਨ ਹੁੰਦੀ ਮੇਰੀ। ਮੈਂ ਕਲੈਕਸ਼ਨ ਕਰਕੇ ਆ ਰਿਹਾ ਸੀਗਾ ਅਤੇ ਤਕਰੀਬਨ 10 ਵਜੇ ਦਾ ਟਾਈਮ ਸੀਗਾ। ਮੈਂ ਰੇਲਵੇ ਰੋਡ ਤੋਂ ਨਿਕਲਿਆ, ਰੇਲਵੇ ਰੋਡ ਤੋਂ ਅੰਬੇ ਕਲੈਕਸ਼ਨ ਤੋਂ ਮੈਂ ਕਲੈਕਸ਼ਨ ਲਈ ਅਤੇ ਉੱਧਰ ਮੈਂ ਮੰਡੀ ਰੋਡ ਆਇਆ। ਮੰਡੀ ਰੋਡ ਤੋਂ ਗੁਲਾਬ ਚੌਂਕ ਤੋਂ ਕਲੈਕਸ਼ਨ ਲਈ ਕਿਸੇ ਕੋਲੋਂ ਬਸ। ਗੁਲਾਬ ਚੌਂਕ ਤੋਂ ਮੈਂ ਪੱਕੇ ਬਾਗ ਸੰਦੀਪ ਮੈਡੀਕਲ ਤੋਂ ਨਾਲ ਗਲੀ 'ਚ ਮੁੜਿਆ, ਨਾਲ ਹਲਵਾਈ ਦੀ ਦੁਕਾਨ ਤੋਂ ਅੰਦਰ ਮੁੜਿਆ ਵਾ। ਪੱਕੇ ਬਾਗ ਅੰਦਰ ਮੁੜਿਆ, ਅੱਗੇ ਕਾਰ ਲੱਗੀ ਸੀ, ਕਾਰ ਦੇ ਅੱਗੇ ਆ ਕੇ ਮੋਟਰਸਾਈਕਲ ਰੁਕੇ। 3 ਬੰਦੇ ਸੀਗੇ ਅਤੇ ਇੱਕ ਦੇ ਹੱਥ 'ਚ ਪਿਸਟਲ ਸੀਗੀ, ਇੱਕ ਹੱਥ 'ਚ ਗੰਡਾਸਾ ਸੀਗਾ ਅਤੇ ਤੀਸਰਾ ਬੰਦਾ ਮੋਟਰਸਾਈਕਲ ਉੱਪਰ ਬੈਠਾ ਰਿਹਾ। ਤਿੰਨਾਂ ਮੈਂ ਕਹਿੰਦਾ ਜੋ ਹੋ ਗਿਆ ਕੱਢ ਦੇ ਬਾਹਰ, ਮੈਨੂੰ ਕੱਢ ਦੇ। ਅਤੇ ਮੈਂ ਐਕਟਿਵਾ ਸਟਾਰਟ ਹੀ ਸੀ ਮੇਰਾ ਅਤੇ ਮੈਂ ਤਿੰਨਾਂ ਨੇ ਕਿਹਾ ਕਿ ਜੋ ਕੱਢ ਦੇ ਗੰਡਾਸਾ ਤੇਰੇ ਸੇਜ ਮਾਰਨਾ, ਕਹਿੰਦਾ ਤੇਰੇ ਗੋਲੀ ਮਾਰਨੀ ਤੇਰੇ ਮੈਂ। ਅਤੇ ਮੈਂ ਐਕਟਿਵਾ ਸੀ ਜਿਹੜਾ ਐਕਟਿਵਾ ਉਹਨੂੰ ਉੱਪਰ ਸੁੱਟਿਆ ਅਤੇ ਉਹ ਐਕਟਿਵਾ ਸੰਭਾਲ ਰਿਹਾ ਅਤੇ ਮੈਂ ਦੌੜ ਪਿਆ, ਕਿਉਂਕਿ 10 ਕਦਮ ਤਾਂ ਘੱਟ ਮੇਰਾ ਘਰ ਆ ਨਾਲ ਹੈਗਾ। ਮੈਂ ਘਰ ਜਾ ਕੇ ਮੈਂ ਕੋਈ ਚੀਜ਼ ਚੂਜ਼ ਦੇਖਾਂ, ਜਾ ਕੇ ਘਰ ਕੋਈ ਲੰਮਾ ਜਾ ਕੇ ਕਰ ਇਹਨਾਂ ਸੇ ਮੁਕਾਬਲਾ ਕਰਨ ਵਾਸਤੇ। ਅਤੇ ਮੈਂ ਘਰੋਂ ਪਰ ਕਿਹਾ ਵੀ ਕੁਛ ਨਹੀਂ, ਖਾਲੀ ਵਾਪਸ ਆਇਆ ਨਿਕਲਿਆ ਅਤੇ ਬਾਹਰ ਦੇਖਿਆ ਤਾਂ ਸਕੂਟਰ ਮੇਰਾ ਲੈ ਗਏ ਅਤੇ ਆਪ ਨੱਸ ਗਏ ਸੀ। ਕਲੈਕਸ਼ਨ ਮੇਰਾ ਕੋਈ ਨੁਕਸਾਨ ਨਹੀਂ ਆ, ਸਿਰਫ ਐਕਟਿਵਾ ਲੈ ਗਏ ਮੇਰਾ। ਐਕਟਿਵਾ ਹੀ ਮੇਰਾ 300-400 ਪੁਰਾਣਾ ਸੀਗਾ ਅਤੇ ਉਹ ਲੈ ਗਏ ਮੇਰਾ ਐਕਟਿਵਾ। ਮੈਨੂੰ ਕੋਈ ਮੋਟਾ ਜਿਹਾ ਸੀਗਾ, ਮਤਲਬ ਲੱਗਦੇ ਇੱਦਾਂ ਸੀ ਜਿੱਦਾਂ ਕੋਈ ਬੈਕਵਰਡ ਕਲਾਸ ਦੇ ਬੰਦੇ ਲੱਗਦੇ ਸੀ। ਕੋਈ ਇੱਦਾਂ ਦੇ ਕੋਈ ਜੈਂਟਰੀ ਨਹੀਂ ਸੀ ਹੈਗੇ। ਇੱਕ ਤਾਂ ਪਤਲਾ ਜਿਹਾ ਜਿਹਦੇ ਹੱਥ ਰਿਵਾਲਵਰ ਸੀਗੀ, ਇੱਕ ਮੋਟਾ ਸੀ ਜਿਹਦੇ ਹੱਥ ਟੈਕੂਆ ਸੀਗਾ। ਮੋਟਰਸਾਈਕਲ ਇਹ ਨਹੀਂ ਦੇਖ ਸਕਦਾ, ਮੋਟਰਸਾਈਕਲ ਸੀ ਉਹਨਾਂ ਕੋਲ, ਮੈਂ ਨਹੀਂ ਦੇਖ ਸਕਦਾ ਕਿਹੜਾ ਸੀ। ਉਸ ਟਾਈਮ 'ਤੇ ਮੇਰੇ ਕੋਲ ਇੱਕਦਮ ਕਨਫਿਊਜ਼ ਹੋ ਗਿਆ, ਮੇਰੇ ਇੱਕਦਮ ਅੱਗੇ ਮੋਟਰਸਾਈਕਲ ਆ ਕੇ ਰੋਕਿਆ ਉਹਨਾਂ ਨੇ। ਉੱਧਰ SHO ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਬਜ਼ੁਰਗ ਸੀਗੇ ਇੱਧਰ ਪੱਕੇ ਬਾਗ ਵਾਲੇ ਪਾਸੇ ਆ ਰਹੇ ਸੀ ਆਪਣੇ ਘਰ ਨੂੰ ਤੰਗ ਗਲੀ ਦੇ ਵਿੱਚੋਂ। ਉਹਨਾਂ ਦੇ ਪਿੱਛੇ ਕੋਈ ਮੋਟਰਸਾਈਕਲ 3 ਜਵਾਨ ਸੀਗੇ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਨੇੜੇ ਆ ਕੇ ਜਿੱਥੇ ਕਾਰ ਨਾਲ ਰਸਤਾ ਰੁਕਦਾ ਹੈ ਉਹਦੇ ਪਿੱਛੇ ਉਹਨਾਂ ਨੇ ਅੱਗੇ ਮੋਹਰੇ ਰੋਕ ਕੇ ਅਤੇ ਉਹਨਾਂ ਨੂੰ ਧੱਕਾ ਦਿੱਤਾ। ਉਹਨਾਂ ਦੀ ਐਕਟਿਵਾ ਜਿਹੜੀ ਹੈ ਉਹ ਖੋਹ ਕੇ ਲੈ ਗਏ ਹੈ। ਬਾਕੀ CCTV ਹੈਗੇ ਸਾਡੇ ਕੋਲ ਲੱਗੇ ਹੋਏ।